ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਇੱਕ ਏਕੜ ਮੱਕੀ ਹੈ, 1844 ਪਾਇਨਰ ਦਾ ਬੀਜ ਹੈ, 22 ਅਪ੍ਰੈਲ ਨੂੰ ਬੀਜਿਆ ਸੀ ਅਤੇ ਅੱਜ ਹੋ ਗਈ 30 ਜੂਨ। ਬਹੁਤ ਸ਼ਾਨਦਾਰ ਮੱਕੀ ਖੜ੍ਹੀ ਹੈ। ਆ ਦੇਖੋ ਤੁਸੀਂ, ਤੁੱਕੇ ਵੀ ਲੱਗ ਗਏ ਨੇ ਸਾਰੀ ਮੱਕੀ ਨੂੰ ਅਤੇ ਆਪਣੇ ਕੋਲ 10 ਕੁ ਦਿਨ ਹੱਦ 15 ਜੁਲਾਈ ਤੱਕ ਦਾ ਸਮਾਂ ਹੱਦ ਹੈ, ਆਪਾਂ ਹਲੇ ਵੇਟ ਕਰ ਲਾਂਗੇ ਪੂਰਾ, ਯਾਨੀ ਕਿ ਇੰਨੇ ਛੱਲੀ ਨੇ ਬਣ ਜਾਣਾ। ਅਤੇ ਇਹਦੇ ਲਈ ਆਪਾਂ ਬਹੁਤੀਆਂ ਹਾਨੀਕਾਰਕ ਕੋਈ ਰੇਹਾਂ ਸਪਰੇਹਾਂ ਨਹੀਂ ਵਰਤੀਆਂ। ਹਾਂ, ਯੂਰੀਆ DAP ਜ਼ਰੂਰ ਵਰਤਿਆ, ਮੈਂ ਨਹੀਂ ਕਹਿੰਦਾ ਕਿ ਔਰਗੈਨਿਕ ਹੈ, ਲੇਕਿਨ ਜੋ ਕਦ ਕੁਦ ਵਧਾਉਣ ਲਈ ਅੱਜ ਕੱਲ੍ਹ ਟੀਕੇ ਟੂਕੇ ਲੱਗਦੇ ਉਹਦੇ ਤੋਂ ਪਰਹੇਜ਼ ਪੂਰਾ ਕੀਤਾ ਗਿਆ। ਈਵਨ ਕਿ ਕਬਾੜ ਵਾਲੀ ਸਪਰੇਅ ਵੀ ਨਹੀਂ ਸੀ ਕੀਤੀ ਗਈ। ਸੋ ਮੱਕੀ ਬਹੁਤ ਸ਼ਾਨਦਾਰ ਹੋਈ ਹੈ, ਰੂੜੀ ਦੀ ਖਾਦ ਪਾ ਕੇ ਤਿਆਰ ਹੈ। ਅਤੇ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੋਵੇ ਮੱਕੀ ਇੱਕ ਏਕੜ, ਉਹ ਇਸ ਨੰਬਰ 'ਤੇ ਸੰਪਰਕ ਕਰ ਸਕਦਾ। ਸਮਾਣੇ ਤੋਂ ਪਟਿਆਲੇ ਰੋਡ 'ਤੇ ਆਪਣਾ ਪਿੰਡ ਹੈ, ਸਮਾਣਾ ਸ਼ਹਿਰ ਨੂੰ ਜਾਂਦੇ ਹਾਂ, 8 ਕਿਲੋਮੀਟਰ ਦੂਰ ਹੈ ਸਮਾਣਾ ਆਪਣੇ ਤੋਂ। ਅਤੇ ਇੱਥੋਂ ਦੇ ਲਾਗਲੇ ਪਿੰਡਾਂ ਦੇ ਮੇਰੇ ਵੀਰ ਅਗਰ ਕੋਈ ਵੀਡੀਓ ਵੇਖ ਰਿਹਾ ਤਾਂ ਉਹ ਸੰਪਰਕ ਕਰ ਸਕਦਾ। ਮੱਕੀ ਬਹੁਤ ਸ਼ਾਨਦਾਰ ਹੈ, ਬਹੁਤ ਉੱਚਾ ਕੱਦ ਹੈ, ਮੋਟਾ ਟਾਂਡਾ, ਅਤੇ ਪੂਰਾ ਯਾਨੀ ਕਿ ਜਗ੍ਹਾ ਹੈਗੀ ਆਪਣੇ ਕੋਲ, ਪਏ ਦੇ ਨਾਲ ਹੈ ਬਿਲਕੁਲ ਸੜਕ ਦੇ, ਅਤੇ ਚਾਰ ਪਾਉਣ ਦੇ ਵਿੱਚ ਵੱਢਣ 'ਚ ਕੋਈ ਯਾਨੀ ਕਿ ਦਿੱਕਤ ਪਰੇਸ਼ਾਨੀ ਨਹੀਂ ਆਉਣੀ। ਅਤੇ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੈ ਮੱਕੀ, ਉਹ ਸੰਪਰਕ ਕਰ ਲਵੇ ਅਤੇ ਆਪਾਂ ਸਹੀ ਰੇਟ ਕਰਕੇ ਉਹ ਮੱਕੀ ਵੀਰ ਨੂੰ ਇੱਕ ਏਕੜ ਆਪਾਂ ਦੇ ਦਿਆਂਗੇ। ਅਤੇ ਪੂਰੀ ਯਾਨੀ ਕਿ ਗਰੰਟੀ ਹੈ ਜੋ ਚੀਜ਼ਾਂ ਮੈਂ ਬੋਲੀਆਂ ਕਿ ਕੀ ਆਪਾਂ ਇਹਨੂੰ ਪਾਇਆ, ਕੀ ਚੀਜ਼ ਨਹੀਂ ਪਾਈ, ਅਤੇ ਸਪਰੇਹਾਂ 'ਤੇ ਬਹੁਤਾ ਜ਼ੋਰ ਨਹੀਂ ਦਿੱਤਾ, ਫਿਰ ਵੀ ਆ ਪੂਰਾ ਵਧੀਆ ਫਲ ਆਪਾਂ ਨੂੰ ਲੱਗਾ ਹੋਇਆ, ਕਿਉਂਕਿ ਪਸ਼ੂਆਂ ਨੇ ਖਾਣਾ ਹੁੰਦਾ, ਚਾਰ ਬੇਜ਼ਬਾਨਾਂ ਨੇ, ਆਪਾਂ ਬਹੁਤਾ ਜ਼ਹਿਰ ਘੋਲ ਕੇ ਨਹੀਂ ਦੇ ਸਕਦੇ ਉਹਨਾਂ ਨੂੰ। ਇਸ ਕਰਕੇ ਦੋਸਤੋ, ਮੱਕੀ ਪਾਇਨਰ ਦੀ 1844, ਮੋਟਾ ਟਾਂਡਾ, ਵਧੀਆ ਯਾਨੀ ਕਿ ਫਲ ਲੱਗਾ। ਅਤੇ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਵੇ 1 ਕਿੱਲਾ ਮੱਕੀ ਦਾ, ਤਾਂ ਉਹ ਸੰਪਰਕ ਕਰ ਲਵੇ ਅਤੇ ਆਪਾਂ ਗੱਲਬਾਤ ਕਰ ਲਾਂਗੇ ਉਹਦੇ ਨਾਲ, ਅਤੇ ਸਹੀ ਰੇਟ 'ਤੇ ਆਪਾਂ ਦੇ ਦਿਆਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।